ਸਤਿ ਸ੍ਰੀ ਅਕਾਲ ਦੋਸਤੋ, ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਅੱਜ ਫਿਰ ਲੈ ਕੇ ਤੁਹਾਡੇ ਲਈ ਨਵੇਂ ਕਬੱਡੀ ਕੱਪ। ਜੇ ਦੋਸਤੋ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ, ਸਾਡੇ ਚੈਨਲ ਸਬਸਕ੍ਰਾਈਬ ਕਰ ਲੈਣਾ ਅਤੇ ਘੰਟੀ ਦੇ ਬਟਨ 'ਤੇ ਕਲਿੱਕ ਕਰ ਦੇਣਾ, ਤਾਂ ਜੋ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਫਿਰ ਕਰੋ ਨੋਟ ਅੱਜ ਦੇ ਕਬੱਡੀ ਕੱਪ। ਦੋਸਤੋ, ਅੱਜ ਪਿੰਡ ਦੋਨਾ ਜੰਗ ਜਿੱਥੇ ਮੇਜਰ ਲੀਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਇੱਥੇ ਦੋਸਤੋ ਝੋਟੀ ਦੇ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਇੱਥੇ ਦੋਸਤੋ ਪਹਿਲਾ ਨਾਮ 2.5 ਲੱਖ ਰੁਪਇਆ ਹੋਵੇਗਾ, ਦੂਜਾ ਨਾਮ 2 ਲੱਖ ਰੁਪਇਆ ਹੋਵੇਗਾ। ਦੋਸਤੋ, ਬੈਸਟ ਟ੍ਰੇਡਰ ਬੈਸਟ ਜਾਫੀ ਨੂੰ ਵੀ 51,000 ਰੁਪਏ ਨਾਲ ਸਨਮਾਨ ਕੀਤਾ ਜਾਣਾ ਹੈ। ਅਗਲਾ ਕਬੱਡੀ ਕੱਪ ਦੋਸਤੋ ਪਿੰਡ ਰੈਲ ਮਾਜਰਾ ਜ਼ਿਲ੍ਹਾ ਰੋਪੜ ਵਿਖੇ ਕਰਵਾਇਆ ਜਾ ਰਿਹਾ ਹੈ। ਇੱਥੇ ਦੋਸਤੋ ਪਹਿਲਾ ਨਾਮ 1 ਲੱਖ ਰੁਪਇਆ ਹੋਵੇਗਾ, ਦੂਜਾ ਨਾਮ 75,000 ਰੁਪਏ ਹੋਵੇਗਾ। ਇੱਥੇ ਦੋਸਤੋ ਬੈਸਟ ਟ੍ਰੇਡਰ ਬੈਸਟ ਜਾਫੀ ਨੂੰ 51,000 ਰੁਪਏ ਨਾਲ ਸਨਮਾਨ ਕੀਤਾ ਜਾਣਾ ਹੈ। ਅਗਲਾ ਕਬੱਡੀ ਕੱਪ ਦੋਸਤੋ ਫਤਿਹਗੜ੍ਹ ਸਰਾਭਾ ਵਿਖੇ ਕਰਵਾਇਆ ਜਾ ਰਿਹਾ ਜ਼ਿਲ੍ਹਾ ਫਿਰੋਜ਼ਪੁਰ। ਜਦੋਂ ਪਹਿਲਾ ਨਾਮ 1.5 ਲੱਖ ਹੋਵੇਗਾ, ਦੂਜਾ ਨਾਮ 1,21,000 ਰੁਪਏ ਹੋਵੇਗਾ। ਬੈਸਟ ਨੂੰ ਦੋਸਤੋ ਇੱਥੇ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਣਾ ਹੈ। ਅਗਲਾ ਕਬੱਡੀ ਕੱਪ ਦੋਸਤੋ ਪਿੰਡ ਰੋਗਲਾ ਜਿੱਥੇ ਦੋਸਤੋ 58 ਕਿੱਲੋ ਦੇ ਮੈਚ ਕਰਵਾਏ ਜਾਣਗੇ। ਪਹਿਲਾ ਨਾਮ 9100 ਹੈ, ਦੂਜਾ ਨਾਮ 7100 ਹੈ ਅਤੇ ਕਬੱਡੀ 1 ਮਿੰਟ ਓਪਨ ਦੇ ਮੈਚ ਕਰਵਾਏ ਜਾਣਗੇ। ਜੇ ਪਹਿਲਾ ਨਾਮ ਦੋਸਤੋ 55,000 ਹੈ, ਦੂਜਾ ਨਾਮ 31,000 ਹੈ ਅਤੇ ਖਿਡਾਰੀ ਦੋਸਤੋ ਬਾਹਰੋਂ ਖੇਡ ਸਕਦਾ। ਬੈਸਟ ਨੂੰ ਇੱਥੇ ਦੋਸਤੋ ਵੱਡੇ ਨਾਮ ਦਿੱਤੇ ਜਾਣਗੇ। ਅਗਲਾ ਕਬੱਡੀ ਕੱਪ ਦੋਸਤੋ ਪਿੰਡ ਰੰਗੂਵਾਲ ਜ਼ਿਲ੍ਹਾ ਲੁਧਿਆਣੇ ਵਿਖੇ ਕਰਵਾਇਆ ਜਾ ਰਿਹਾ, ਜਿੱਥੇ ਦੋਸਤੋ 51 ਕਿੱਲੋ ਦੇ ਮੈਚ ਹੋਣਗੇ। ਇੱਕ ਖਿਡਾਰੀ ਬਾਹਰੋਂ 32 ਟੀਮਾਂ ਦੀ ਐਂਟਰੀ ਕੀਤੀ ਜਾਵੇਗੀ। ਪਹਿਲਾ ਨਾਮ 4100 ਹੋਵੇਗਾ, ਦੂਜਾ ਨਾਮ 3100 ਹੋਵੇਗਾ ਅਤੇ 65 ਕਿੱਲੋ ਵਿੱਚ ਖਿਡਾਰੀ ਬਾਹਰੋਂ 32 ਟੀਮਾਂ ਦੀ ਐਂਟਰੀ ਕੀਤੀ ਜਾਵੇਗੀ। ਪਹਿਲਾ ਨਾਮ 11,000 ਹੋਵੇਗਾ, ਦੂਜਾ ਨਾਮ 8100 ਹੋਵੇਗਾ, ਐਂਟਰੀ 200 ਰੁਪਏ ਹੋਵੇਗੀ। ਧੰਨਵਾਦ ਦੋਸਤੋ।